पार्टी से हमारा कम हाजी जनाब आदर साहब राजी हो पंज नारे पैंतनी सवा लख नारा हैदरी भाई आलम सन्ना सियाने की कहंदे आ भाई के बूहे वलिया दे एमिनी लोग आउंदे वली रब दे मिलन दा सबब हुंदा बूहे वलिया दे एमिनी लोग जांदे बूहे वलिया दे एमिनी लोग जांदे ओ वली रब दे मिलन दा सबब हुंदा जेड़ा कम ना उम्र भर हो सके बूहे वलिया दे ओ कम चब हुंदा ते दित्ता हथ तकदीर बदलाउण बदले हथ वलिया दे मामला सब हुंदा ते सौ हथ रस्सा ਸਿਰੇ ਤੇ ਗੰਢ ਸਹਿਮ ਜਿੱਧਰ ਵਲੀ ਹੁੰਦਾ ਉਧਰ ਰੱਬ ਹੁੰਦਾ ਛੋਤ ਰਸਾ ਸਿਰੇ ਤੇ ਗੰਢ ਸਹਿਮ ਜਿੱਧਰ ਵਲੀ ਹੁੰਦੇ ਉਧਰ ਹੀ ਰੱਬ ਹੁੰਦਾ ਉਧਰ ਰੱਬ ਹੁੰਦਾ ਤੇ ਹਾਂ ਬਈ ਜਵਾਨਾ ਕਿਤਨਾਂ ਦਾ ਪੈਸਾ ਨਹੀਂ ਹੁੰਦੇ ਆ ਆਦਲ ਹਾਂਜੀ ਜਨਾਬ ਓਏ ਕਰ ਸੁਣ ਮੇਰੇ ਵਾਸਤੇ ਕੀ ਹੁਕਮ ਆ ਜੀ ਮੇਰੇ ਵਾਸਤੇ ਨੌਕਰ ਲੈ ਕੇ ਆ ਨੌਕਰ ਸਿਆਣੇ ਕਹਿੰਦੇ ਆਓ ਬੈਠੋ ਪੀਓ ਪਾਣੀ ਤਿੰਨੇ ਗੱਲਾਂ ਮੂਲ ਨਾ ਜਾਣੀ ਅੱਛਾ ਜੀ ਆਓ ਬੈਠੋ ਪੀਓ ਪਾਣੀ ਤਿੰਨੇ ਗੱਲਾਂ ਮੂਲ ਨਾ ਜਾਣੀ ਹਾਂਜੀ ਘਰ ਦੁਸ਼ਮਣ ਜਾਵੇ ਆ ਉਹਨੂੰ ਮੰਜਾ ਦਈਏ ਡਾ ਉਹਨੂੰ ਉੱਤੇ ਦਈਏ ਬਿਠਾ ਉਹਨੂੰ ਫੇਰ ਨਾ ਕਹੀਏ ਜਾ ਵਾਵੇ ਵਾ ਇਹ ਕੌਣ ਕਹਿੰਦੀ ਫਕੀਰ ਦੀ ਜ਼ਾਤ ਫਕੀਰ ਦੀ ਜ਼ਾਤ ਕਹਿੰਦੀ ਆ ਮੈਨੂੰ ਦੱਸ ਕੀ ਹੁਕਮ ਆ ਮੇਰੇ ਵਾਸਤੇ ਨੌਕਰ ਲੈ ਕੇ ਠੀਕ ਹੈ ਜਨਾਬ ਦੋ ਗੱਲਾਂ ਕਰਨੀਆਂ ਬਈ ਬਈ ਜਵਾਨਾ ਉਹ ਮੈਨੂੰ ਤੁਹਾਡੇ ਜੋ ਕਹਿੰਦੇ ਕਿਹਾ ਸੀ ਕਿ ਮੈਂ ਨੌਕਰੀ ਤੇ ਰਖਾਮੀ ਅਗਲੇ ਮਹੱਲੇ ਆ ਉਹ ਕਿਣੂਆ ਓ ਕਿਣੂਆ ਓ ਗੱਲ ਸੁਣ ਮੇਰੀ ਹਾਂ ਉਹ ਖੰਗਿਆ ਨਾ ਖੁਰ ਕੇ ਤੂੰ ਅੰਦਰ ਕਿਉਂ ਵੜਿਆ ਓਏ ਅੰਦਰ ਕੀ ਕਰਦੇ ਉਹ ਅੰਦਰ ਸਾਡਾ ਤਾਰ ਡਾਊਨ ਕਰਨ ਦੇ ਓ ਕਿਣੂਆ ਉਹ ਤੂੰ ਮੈਨੂੰ ਕਿਹਾ ਸੀ ਕਿ ਮੈਨੂੰ ਕਿਤੇ ਉਹ ਪਰੂ ਬਰਾੜ ਮੈਂ ਤੈਨੂੰ ਆਖਿਆ ਸੀ ਮੈਨੂੰ ਕਿਤੇ ਨੌਕਰੀ ਤੇ ਰਖਾ ਮੈਨੂੰ ਕਿਤੇ ਪਸਾਈ ਹੈ ਉਹ ਕਿਤਾ ਉਹ ਹੋ ਗਿਆ ਕੰਮ ਉਹ ਤੇਰਾ ਕੰਮ ਹੋ ਗਿਆ ਅੱਛਾ ਬਾਹਰਲੇ ਮੁਲਕੋਂ ਇੱਕ ਸਦਾਗਰ ਦਾ ਬੱਚਾ ਆਇਆ ਸਦਾਗਰ ਦਾ ਬੱਚਾ ਹਾਂ ਉਹ ਸਦਾਗਰ ਦਾ ਬੱਚਾ ਸਦਾਗਰ ਦਾ ਬੱਚਾ ਆਇਆ ਉਹਦੇ ਕੰਨ 'ਚ ਵੀ ਖੜੇ ਉਹ ਸਦਾਗਰ ਦਾ ਬੱਚਾ ਸਦਾਗਰ ਦਾ ਬੱਚਾ ਆਇਆ ਅੱਛਾ ਉਹਨੇ ਮੈਨੂੰ ਇਹ ਕਿਹਾ ਵਾ ਕਿ ਮੇਰੇ ਵਾਸਤੇ ਕੋਈ ਨੌਕਰ ਲੈ ਕੇ ਆ ਅੱਛਾ ਤੇ ਦੋਸਤਾ ਮੇਰੇ ਜ਼ਿਹਨ ਦੇ ਵਿੱਚ ਫੌਰਨ ਤੂੰ ਆਇਆ ਕਿਉਂਕਿ ਤੂੰ ਮੈਨੂੰ ਕਿਹਾ ਸੀ ਉਹ ਤੇਰਾ ਮੈਨੂੰ ਕਿਤੇ ਨੌਕਰੀ ਤੇ ਰਖਾਲ ਭਲਾ ਹੋਵੇ ਤੇਰਾ ਭਰਾਵਾ ਹਾਂਜੀ ਉਹ ਵਿਹਲੇ ਘਰ ਦੇ ਨੇ ਕੱਟ ਕੱਟ ਕੇ ਤਾਂ ਮਾਂ ਨਾਲ ਰੂਹ ਵੀ ਅੱਕ ਗਈ ਹੈ ਹਾਂ ਉਹਨੂੰ ਜਾ ਕੇ ਇੱਕ ਗੱਲ ਕਹਿ ਦੇ ਮੇਰੀ ਤੂੰ ਕਹ ਨੌਕਰ ਮਿਲ ਗਿਆ ਵਾ ਅੱਛਾ ਨੌਕਰ ਦਾ ਪਿੰਡੇ ਦਾ ਭਾਰਾ ਭਾਰਾ ਕਰਕੇ ਮੋੜ ਨਾ ਦੇਈ ਵਾਵੇ ਵਾ ਵਾਵੇ ਵਾ ਜਨਾਬ ਗੱਲ ਇਹ ਆ ਮੀਰ ਸਾਹਿਬ ਨੌਕਰ ਜਿਹੜਾ ਵਾ ਉਹ ਮਿਲ ਪਿਆ ਵਾ ਨੌਕਰ ਨੇ ਇਹ ਕਿਹਾ ਵਾ ਕਿ ਪਿੰਡੇ ਦਾ ਜਿਹੜਾ ਭਾਰਾ ਵਾ ਭਾਰਾ ਕਰਕੇ ਮੋੜ ਨਾ ਦੇਈ ਆਦਲ ਮੈਂ ਹੈ ਸੁਆਗਰ ਆਦਮੀ ਜਦ ਤੂੰ ਭਾਰਾ ਕਿਹਾ ਮੈਂ ਪਹਿਲੇ ਖੁਸ਼ੀ ਹੋ ਗਈ ਮੈਂ ਕਰਾਉਣਾ ਸਵਾਰੀ ਹੁਣ ਮੈਂ ਕੁਝ ਨਹੀਂ ਕਰਾਉਣਾ ਸਾਥ ਮਾਸ ਭਾਰੇ ਨੌਕਰ ਦੇ ਲੱਦ ਕੇ ਸਿੱਧਾ ਸੁਣੀ ਝਾਲੂ ਕਰੂਗਾ ਹਾਂ ਬਈ ਬਈ ਜਵਾਨਾ ਕੀ ਕਹਿੰਦਾ ਮੈਂ ਜਾ ਕੇ ਤੇਰਾ ਦੱਸਿਆ ਅੱਛਾ ਕਿ ਉਹ ਕਹਿੰਦੇ ਪਿੰਡੇ ਦਾ ਭਾਰਾ ਭਾਰਾ ਕਰਕੇ ਮੋੜ ਨਾ ਦਈਓ ਅੱਛਾ ਉਹ ਸਦਾਗਰ ਸਾਹਿਬ ਨੇ ਮੈਨੂੰ ਇਹ ਗੱਲ ਦੱਸੀ ਹੈ ਕਿ ਸਾਨੂੰ ਚਾਹੀਦਾ ਵੀ ਭਾਰਾ ਹੀ ਸੀ ਉਹ ਕਿਉਂ ਕਿਉਂਕਿ ਉਹ ਕਹਿੰਦਾ ਮੈਂ ਸਦਾਗਰ ਹਾਂ ਅੱਛਾ ਸੌਦਾ ਪੱਤਾ ਲੈ ਕੇ ਆਈਦਾ ਵਿਹਲੇ ਕਵੇਲੇ ਘਰ ਜਾਣ ਵਾਸਤੇ ਪਿੰਡ ਜਾਣ ਵਾਸਤੇ ਟਾਂਦਾ ਘੋੜਾ ਨਹੀਂ ਲੱਭਦਾ ਉਹ ਭਾਰਾ ਨੌਕਰ ਆ ਉਹਦੇ ਉੱਤੇ ਸਮਾਨ ਰੱਖਾਂਗੇ ਰੱਖ ਕੇ ਉਹਦਾ ਪਿੰਡਾਂ ਨੂੰ ਮੂੰਹ ਕਰ ਦੇਵਾਂਗੇ ਉਹਨੂੰ ਕਹਿ ਕੰਮ ਕਰ ਲੈ ਭਾਰਾ ਨਹੀਂ ਹੈ ਉਹ ਕੰਮ ਕਾਰ ਵਾਲਾ ਨਹੀਂ ਅੱਛਾ ਤੂੰ ਕਹ ਉਹਦਾ ਅੰਨ ਪਾਣੀ ਦੇ ਭਾਰਾ ਵਾ ਭੱਲੇ ਭੱਲੇ 100 ਖਾਲਵੇ 200 ਖਾਲਵੇ ਸੈਂਚਰੀ ਤੂੰ ਕਹ ਛਾਬੇ ਦੇ ਕਰਦਾ ਵਾ ਜਨਾਬ ਨੌਕਰ ਮਿਲ ਪਿਆ ਵਾ ਲੇਕਿਨ ਇਧਰ ਆਵੋ ਉਹਨੇ ਇਹ ਗੱਲ ਕੀਤੀ ਆ ਉਹਨੇ ਕਿਹਾ ਮੈਂ ਕੰਮ ਕਾਰ ਕਰਨ ਵਾਸਤੇ ਭਾਰਾ ਨਹੀਂ ਮੈਂ ਤਾਂ ਖਾਣ ਪੀਣ ਦੇ ਭਾਰਾ ਵਾ ਜਿਹਨੂੰ ਆਪਣਾ ਨਸੀਬ ਕਰਾਂ ਪੁੱਛਾਂ ਲਵੋ ਫਿਰ ਤੂੰ ਕਿੰਨਾ ਨਾਸ਼ਤਾ ਕਰਦਾ ਕਿੰਨੀਆਂ ਰੋਟੀਆਂ ਖਾਂਦਾ ਠੀਕ ਹੈ ਜਨਾਬ ਹਾਂ ਬਈ ਮੇਰੀ ਗੱਲ ਸੁਣੋ ਕੀ ਕਹਿੰਦਾ ਅਮੀਰ ਸਾਹਿਬ ਕਹਿ ਰਹੇ ਆ ਕਿ ਅੱਲਾ ਦੀ ਰਹਿਮਤ ਆ ਤਾਸ਼ੋ ਕੇ ਤਾਸ਼ ਭਰੇ ਹੋਏ ਹੈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਖਾਣ ਪੀਣ ਦੀ ਕਮੀ ਨਹੀਂ ਤੁਸੀਂ ਇਹ ਗੱਲ ਦੱਸੋ ਤੁਸੀਂ ਕਿੰਨਾ ਕੁ ਖਾ ਲੈਂਦੇ ਆ ਦੁਪਹਿਰ ਦਾ ਤੁਹਾਡਾ ਸਵੇਰ ਦਾ ਨਾਸ਼ਤਾ ਕੀ ਆ ਦੁਪਹਿਰ ਦਾ ਕੀ ਆ ਉਹਨੂੰ ਸਦਾਗਰ ਨੂੰ ਜਾ ਕੇ ਕਹਿ ਦੇ ਹਾਂਜੀ ਤੂੰ ਕਹ ਨੌਕਰ ਪਰੂ ਹੋ ਗਿਆ ਸੀ ਬਿਮਾਰ ਅੱਛਾ ਉਹ ਚੱਲਦਾ ਹਕੀਮ ਦੇ ਮਸ਼ਵਰੇ ਨਾਲ ਹਕੀਮ ਦੇ ਮਸ਼ਵਰੇ ਨਾਲ ਤੇ ਸਵੇਰ ਦਾ ਹਲਕਾ ਜਿਹਾ ਨਾਸ਼ਤਾ ਕਰਦਾ ਹਲਕਾ ਜਿਹਾ ਹਲਕਾ ਜਿਹਾ ਅੱਛਾ ਕਿੰਨਾ ਕੁ 2 ਕਮੰਡਲ ਚਾਹ ਦੇ ਅੱਛਾ 55 ਰੋਟੀਆਂ ਮੱਕੀ ਦੀਆਂ
है नौकर हजे बीमार आ जनाब ओ कहंदा वा मैं उन दस्या के अमीर साहब कहंदे आ किसी चीज की कमी नहीं मैं कहा फिर भी टाइम टेबल दसो की नाश्ता किया ओ कहंदा दो कमांडर चाह दे नौकर कहना मैं तेन आ जाना तेरे को मेनू पहले एक शर्त मेरिया दस तू हों को आना पुछ गया पट्टी साहब नौकर यार की मैं सियापे च पै गया यार गल भला की आ नौकर ने यह गल की कहना नौकरी वास्ते तो मैं तैयार हाँ वह कहना उन्होंने पुछ गया हों कौन जनाब वह मुसलमान तू कह मुसलमान है कि मुसलमीन आ जनाब मुसलमान आ कि कहना मुसलमीन है लाम लम्बे मी मदरे आ है नहीं फर्क मुसलमान बंदा खुदा का जनाब मुसलमान आ अच्छा उम्मत रसूल दी अच्छा कलमा सोने पाक मुहम्मद दा पढ़ने वाला है मुसलमान आ हां जी ओनू पूछ गया तेरे दुआएक नु चेते छेती छेती शाबा 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 हो जा का जनाब ओ कहंदा जे मुसलमान आ तेनू दुआएक नु चेते आ दुआएक नु चेते आ ओ यार चेते आ यार तू का सिफत ईमान चेते छेती ओतनु हो जा की देखदा देख बिल्कुल बिल्कुल पूछ गया तू तेरे पंजे कलम याद तकड़ा हो जा जनाब मेरी गल सुनो वो कहंदा वा तुहानू छे कलमे याद आ रोजा भी रखिया कहीं पूछी ना जनाब रोजा कदी रखिया मैं रोजे रखता तू अपने मान ने दसी अज की किन्ने तोड़े सी जे मैं मुसाफिर जिथे टाइम लगे उठे पढ़ लिया जे मैं घर होवा मई गल सुनो मेरी ਉਹਨੇ ਕਿਹਾ ਵਾ ਜੇ ਤਾਂ ਹੋਈਏ ਘਰ ਫਿਰ ਜਮਾਤ ਨਾ ਅੱਛਾ ਤੇ ਸਬਰ ਦੇ ਵਿੱਚ ਹੋਈਏ ਤੇ ਫਿਰ ਮੁਸਾਫਰੀ ਦੇ ਵਿੱਚ ਇਦਾਂ ਪੜ੍ਹ ਲਈਦੀ ਆ ਉਰਿਆ ਉਹਨੂੰ ਕਹਿ ਸਦਾਗ ਨੂੰ ਨੌਕਰ ਕਹਿੰਦਾ ਕਦੀ ਯਾਨ ਵੀ ਸੁਣੀ ਆ ਉਹ ਫਿਰ ਮੂੰਹ ਦੇ ਮਾਰਿਆ ਉਹ ਯਾਰ ਕੀ ਨਾ ਮੈਂ ਦੱਸਾਂ ਕੀ ਕਹਿੰਦਾ ਕੀ ਉਹ ਕਹਿੰਦਾ ਵਾ ਨੌਕਰ ਨੂੰ ਪੁੱਛ ਉਹਨੂੰ ਜਦ ਪੁੱਛ ਗਿਆ ਸਾਹਿਬ ਨੂੰ ਕਿ ਕਦੀ ਅਜ਼ਾਨ ਵੀ ਸੁਣੀ ਆ हाँ सही है हाँ जी जनाब वो पता लग गया खुतबा भी सुनदा वो मुसलमान के बच्चे बच्चे भी पता पहले अजान होंगी फिर जमात होंगी की कहना सुनो मेरी हाँ। तू सदाई हो गया की होया पहले वो कहना अजान होंगी फिर